صلی اللہ محمد و آل محمد. نعرہ تکبیر اللہ وحدہ لا شریک ہے جی, سارے گواہی دیو. نعرہ تکبیر اللہ اکبر. نعرہ رسالت یا رسول اللہ. نعرہ رسالت یا رسول اللہ. نعرہ حیدری حق دا امام شیر خدا علی. ختم قرآن نعرہ حیدری یا علی علیہ السلام. حلالی حرامی دی پہچان نعرہ حیدری یا علی علیہ السلام. دعا ہے 5, 12, 14 دا خالق مچھلیاں نوں پانی چ غذا دیوان والا اللہ, کیڑیاں نوں پتھراں چ روزی منتقل کرن والا خالق, شارق توں قریب ہو کے ہر مومن دی التجا سنن والا اللہ, ਗੂੰਗਿਆਂ ਨੂੰ ਜ਼ੁਬਾਨ ਦੇਵਣ ਵਾਲਾ ਅੱਲਾ, ਬਦਬਖਤਾਂ ਨੂੰ ਬਖਤ ਲਾਵਣ ਵਾਲਾ ਅੱਲਾ, ਤੁਹਾਨੂੰ ਆਮੀਨ ਆਖਣ ਦੀ ਸਾਨੂੰ ਸਹੀ ਪੜ੍ਹਨ ਦੀ ਤੌਫੀਕ ਹਿੰਮਤ ਤਾਕਤ ਦੇਵਣ ਵਾਲਾ ਅੱਲਾ, ਬਾਨੀਆਂ ਨੇ ਮਜਲਿਸ ਦੇ ਗਾਰੀ ਚੋਂ ਜ਼ਿਕਰੇ ਪਾਕ ਦਾ ਸਦਕਾ ਮਾਲਿਕ ਦੁੱਖ ਤਕਲੀਫਾਂ ਬਿਮਾਰੀਆਂ ਦੂਰ ਫਰਮਾਵੇ. ਰਿਜ਼ਕ ਮਾਲ ਜਾਨ ਔਲਾਦ ਹਰ ਚੀਜ਼ ਏ ਮੌਲਾ ਖੈਰੋ ਬਰਕਤ ਅਤਾ ਫਰਮਾਏ. ਜਿਹੜੀ ਮਰਹੂਮਾ ਦੇ ਇਸਾਲੇ ਸਵਾਬ ਦੀ ਮਜਲਸ ਹੈ, ਮਾਲਕ ਮਰਹੂਮਾ ਦੇ ਦਰਜਾਤ ਬੁਲੰਦ ਫਰਮਾਵੇ. ਲਵੈਕੀਨ ਨੂੰ ਮਾਲਕ ਸਬਰੇ ਜਮੀਲ ਅਤਾ ਫਰਮਾਵੇ. ਵਾਰਸ ਜ਼ਮਾਨਾ ਦਾ ਜ਼ਹੂਰ ਹੋਵੇ ਤਾਂ ਕਿ ਹੱਕ ਔਰ ਬਾਤਲ ਦਾ ਫੈਸਲਾ ਹੋਵੇ. ਸਲਵਾਤ ਇੰਜ ਰਲ ਕੇ ਪੜ੍ਹੋ, ਦੁਆਵਾਂ ਕਬੂਲ ਹੋ ਜਾਵਣ, 12 ਰਾਜ਼ੀ ਹੋ ਵੰਜਣ. ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਹ. ਅਗਰ ਮੇਰੇ 'ਤੇ ਅਹਿਸਾਨ ਲਾਵੋ ਚਾਹ, ਤੁਹਾਡਾ ਢੇਰ ਸਾਰਾ ਅਹਿਸਾਨ ਉਸੀ ਮੇਰੇ 'ਤੇ, ਜੋ ਇਹ ਲਾਈਵ ਕੈਮਰੇ ਦੀ ਵਜ੍ਹਾ ਤੋਂ, ਇਸ ਦੀ ਲਾਈਟ ਦੀ ਵਜ੍ਹਾ ਤੋਂ ਮੈਨੂੰ ਤੁਹਾਡੇ ਚਿਹਰੇ ਨਹੀਂ ਦਿਸਦੇ ਪਏ. ਭਲਾ ਉਹਨੇ ਕਦੀ ਅੱਗੇ ਆ ਜਾਓ ਨਾ ਅਤੇ ਹੱਦ ਹੋ ਜਾਵੇ ਜੀ. ਨਜ਼ਰ ਅੱਲਾ ਨਿਆ ਦੇ ਹੁਸੈਨ, ਜਿੰਨਾਂ ਤਾਈਂ ਆਵਾਜ਼ ਨਹੀਂ ਪਹੁੰਚੀ, ਇਸ ਕੈਮਰੇ ਦੀ ਲਾਈਟ ਤੋਂ ਅੱਗੇ ਆ ਜਾਓ ਜੀ. ਬੱਲਾ ਉਹਨੇ ਇਨਸ਼ਾਅੱਲਾ ਜੰਨਤ ਜਿਵੇਂ ਇਕੱਠੇ ਹੋ, ਥੋੜ੍ਹਾ ਥੋੜ੍ਹਾ ਅੱਗੇ ਆਓ ਨਾ ਮਲੰਗ ਸਾਈਂ, ਥੋੜ੍ਹਾ ਥੋੜ੍ਹਾ ਅੱਗੇ ਆਓ. ਲੈ ਹੁਣ ਇਹ ਖਾਲੀ ਜਗ੍ਹਾ ਪੁਰਚ ਕਰੋ, ਬਸ ਰਾਹ ਜਾਣੇ ਅਤੇ ਸ਼ਾਹ ਜਾਣੇ, ਲੈਣ ਜਾਣੇ ਹੁਸੈਨ ਜਾਣੇ. ਮਦੀਨੇ ਵਾਲਿਆਂ ਸਈਦਾਂ ਨੂੰ ਫਕਤ ਮੰਨ ਲੈ ਸੋਚ ਨਾ, ਮੰਨੇ ਤਾਂ ਸੁਲੇਮਾਨ ਏ ਸੋਚੇ ਤਾਂ ਸ਼ੈਤਾਨ ਏ. ਰਾਮ ਦੇਣਾ ਗਾਰੇ ਮੇਰਾ ਅਤੇ ਜ਼ਿੱਦ ਤੁਹਾਡੇ ਨਾਲ ਹੈ ਵੀ ਕੋਈ ਨਾ, ਕਿਉਂ ਜੋ ਇੱਥੋਂ ਇੱਕ ਵਾਰੀ ਨੂਰ ਅਸਾਂ ਸੁਣਿਆ ਹੀ ਬੰਦ ਤਰੁੱਟ ਗਿਆ, ਸੁਣਿਆ ਹੈ ਨਾ, ਅਤੇ ਮੇਰੇ ਸਮੇਤ ਅਸੀਂ ਪਤਾ ਨਹੀਂ ਕਿੱਥੇ ਆਸੇ, ਅਜੇ ਬੰਦ ਤਰੁੱਟਦਾ ਪਿਆ. ਤੁਹਾਨ ਕਾਦਰਾਂ ਬਾਅਦ ਵਾਲੇ 10 ਦਿਨ ਇਤਨੇ ਚੂਸਕ ਅਸਾਂ ਪਾਣੀ ਹੋਰ ਛੱਡ ਦਿੱਤਾ, ਅਤੇ ਤੁਸੀਂ ਆਦੇ ਮੁੜ ਕੀ ਹੋਇਆ, ਜਿਹੜਾ ਪਾਣੀ ਤੋਂ ਨਹੀਂ ਹਰਿਆ ਮੇਰੇ ਤੋਂ ਹਰਦਾ. ਨਹੀਂ ਅਬੱਲਾ ਉਹਨੇ ਜੀ, ਅੱਲਾ ਤੁਹਾਨੂੰ ਇੱਜ਼ਤ ਦੇਵੇ ਅਤੇ ਮਾਲਕ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ. ਉਂਝ ਮਜਲਸ ਕਰਵਾਵੀਏ ਤਾਂ ਮੁੜ ਮਜਲਸ ਸੁਣੀਂਦੀ ਵੀ ਹੈ, ਸਿਰਫ ਕਰਵਾ ਛੱਡੀਏ ਅਤੇ ਅੱਗੋਂ ਪਤਾ ਹੀ ਕੋਈ ਨਾ ਹੋਵੇ. ਜੇ ਹੁਣ ਜ਼ਾਕਰ ਆਪ ਹੀ ਪੜ੍ਹਨਾ ਅਤੇ ਆਪਣੇ ਆਪ ਨੂੰ ਆਪ ਹੀ ਸੁਣਨਾ ਅਤੇ ਤੁਸੀਂ ਇੱਦੇ ਖੈਰ ਨਾਲ ਆਇਆ ਹੋ. ਕੰਮ ਅਦ ਕੰਮ ਜੇ ਸਲਵਾ ਜ਼ਾਕਰ ਆਕੇ ਅਹਿਸਾਨ ਜ਼ਾਕਰ ਅਤੇ ਨਹੀਂ ਨਕੀ ਸ਼ਾਰੀ ਵਿੱਚ ਬੈਠੇ ਨੇ, ਮੇਰੇ ਤੂੰ ਪਿੱਛੇ ਤਾਈਦ ਕਰਾ ਲਵੇ. ਸਲਵਾ ਤੋਂ ਇਬਾਦਤ ਏ, ਅੱਲਾ ਤੈਨੂੰ ਆਦਾ ਏ ਪੜ੍ਹ ਮੈਂ ਤੇਰੇ ਨਾਲ ਹਾਂ, ਅਤੇ ਜਿਹੜੀ ਇਬਾਦਤ ਤੇਰੇ ਨਾਲ ਰਲ ਕੇ ਅੱਲਾ ਕਰੇ
ਤੇ ਤੂੰ ਅਸ਼ਰਫੁਲ ਮਖਲੂਕਾਤ ਹੋ ਕੇ ਤੇ ਸਲਵਾਤ ਤੇ ਆ ਕੇ ਵੀਵੇਂ ਬੰਦਾਲ ਵਾਲਾ ਪੜ ਛੁੜੇ ਸੀ। ਇਹ ਜਿੱਥੇ ਆਏ ਬੈਠੇ ਹੋ ਇੱਥੇ ਗੂੰਗਿਆਂ ਨੂੰ ਜ਼ਬਾਨ ਮਿਲਦੀ, ਬਦ ਬਖਤਾਂ ਨੂੰ ਬਖਤ ਲੱਗਦਾ, ਇੱਥੇ ਅੰਨੇ ਲਿਆ ਤੇ ਅੱਖੀ ਲੱਭਦੀਆਂ, ਤੇ ਜੇ ਉੱਥੇ ਬੰਦਾ ਪਾਈ ਡੋਂਗੇ ਸਾਲਣ ਦੇ ਮੰਗ ਕੇ ਤੇ ਇੱਥੇ ਆ ਕੇ ਲਾਮਾ ਇਕਬਾਲ ਬਣ ਪਵੇ। ਆ ਲੱਗੇ ਇੰਝ ਬਾ ਇਹ ਮਸਕੀਨ ਬੋਲ ਹੀ ਨਹੀਂ ਸਕਦਾ, ਉਹ ਆਪਣੇ ਆਪ ਨੂੰ ਮੁਕਦਰਾਂ ਵਾਲਾ ਨਾ ਸਮਝੇ, ਮੁਕਦਰਾਂ ਵਾਲਾ ਉਹ ਹੈ ਜਿਹੜਾ ਇੱਥੇ ਬੋਲੇ। ਠੀਕ ਹੈ, ਇੱਥੇ ਗੂੰਗਿਆਂ ਨੂੰ ਜ਼ਬਾਨ ਮਿਲਦੀ ਹੈ। ਮੈਂ ਤਾਂ ਮਾਜ਼ਰਤ ਕੀਤੀ ਹੈ ਅਜ਼ੀਜ਼ਾਂ ਅੱਗੇ, ਦੇ ਰਾਤ ਦੀਆਂ ਨੌਕਰੀਆਂ ਵਾ, ਮੇਰਾ ਸੁਰ ਮਜਲਸ ਪੜ੍ਹਨ ਦੇ ਕਾਬਲ ਨਹੀਂ, ਉਹਨਾਂ ਮਾਫ਼ ਕੀਤਾ ਨਹੀਂ ਤਾਂ ਮੈਂ ਆਖਲ ਹੋਤਾਂ। ਤੇ ਚਲੋ ਇੱਕ ਦੋ ਸਤਰਾਂ ਮੈਂ ਪੜ੍ਹਦਾ ਚਾ। ਕਰੋੜਾਂ ਸਲਾਮ ਹੋਵੇਣ ਮੁਈਨੁਦੀਨ ਚਿਸ਼ਤੀ ਤੇ, ਮਸਲਕ ਉਹਦਾ ਸ਼ੀਆ ਨਹੀਂ ਪਰ ਵੰਡ ਉਸ ਬਾਈ ਹੱਦ ਕਰ ਛੋੜੀ। ਕਿਸੇ ਬੰਦੇ ਪੁੱਛਿਆ ਜੋ ਚਿਸ਼ਤੀ ਸਾਹਿਬ ਵਲੀ ਅੱਲਾ ਦੇ ਢੇਰ ਸਾਰੇ, ਜਿਹੜਾ ਕੋਈ ਦੁਆ ਮੰਗਦਾ ਉਹ ਦੁਆ 'ਚ ਕਲੀ ਦਾ ਨਾਂ ਲੈਂਦਾ, ਅੱਲਾ ਮੇਰੇ ਕੋਲ ਪੁੱਤਰ ਨਹੀਂ, ਪੁੱਤਰ ਮੈਨੂੰ ਦੇ ਵਾਸਤੇ ਅਲੀ ਦੀ ਵਿਲਾਇਤ ਦਾ, ਮੈਂ ਬਿਮਾਰ ਹਾਂ ਮੈਨੂੰ ਸ਼ਿਫਾ ਚੜੇ ਵਾਸਤੇ ਅਲੀ ਦੀ ਵਿਲਾਇਤ ਦਾ, ਮੈਂ ਮਕਰੂਜ਼ ਹਾਂ ਮੇਰਾ ਗੈਬ ਤੂੰ ਕਰਜ਼ ਅਦਾ ਕਰ ਵਾਸਤੇ ਅਲੀ ਦੀ ਵਿਲਾਇਤ ਦਾ, ਇੱਕ ਮੰਮੀ ਮੰਗ ਲੈਂਦਾ ਦੁਆ, ਅੱਲਾ ਸੋਹਣਾ ਤੂੰ 14 ਦਾ ਵੀ ਖਾਲਕ ਹੈ, ਰਾਮ ਦੇਣ ਵਾਲੇ ਜ਼ਿੱਦ ਕਰ ਬੈਠੇ ਨਹੀਂ ਪੇ ਬੋਲਦੇ, ਬੁਲਾ ਦੇ ਵਾਸਤੇ ਅਲੀ ਦੀ ਵਿਲਾਇਤ ਦਾ, ਤੇਰੀ ਜ਼ਿੰਦਗੀ ਹੋਵੇ। ਇੰਝ ਕਰਕੇ ਦੁਆ ਮੰਗਦੇ ਨੇ ਤੇ ਵਲੀ ਅੱਲਾ ਦੇ ਹੋਰ ਢੇਰ ਸਾਰੇ ਨੇ। ਬਾਬਾ ਜੀ ਇੰਝ ਦੀ ਗੱਲ ਕੀਤੀ ਇਸ ਨਾ ਭਾਵੇਂ ਸ਼ੀਆ ਨਾਈ, ਉਹਦਾ ਕਿਹਾ ਮੈਂ ਤੂੰ ਦੱਸ ਬਜ਼ਿਮੀਦਾਰ ਕੀ ਖਾਂਦੇ ਨੇ, ਉਹਦਾ ਕਿਹਾ ਜੀ ਕਣਕ ਅਤੇ ਕੰਮੀ ਉਹ ਵੀ ਕਣਕ, ਉਹਦਾ ਕਿਹਾ ਕੰਮੀ ਅਤੇ ਜ਼ਿਮੀਦਾਰ ਦੀ ਕਣਕ ਖਾਣਾ ਇੱਕ ਫਰਕ, ਉਹਦਾ ਕਿਹਾ ਢੇਰ ਸਾਰਾ ਕੀ, ਉਹਦਾ ਕਿਹਾ ਜ਼ਿਮੀਦਾਰ ਦੀ ਘਰ ਦੀ ਏ, ਕੰਮੀ ਮੰਗ ਕੇ ਖਾਂਦਾ ਹੋ ਸਕਿਆ ਬਸ ਕਰ ਵਿਲਾਇਤ ਅਲੀ ਦੇ ਘਰ ਦੀ ਏ, ਤੁਹਾਡੀਆਂ ਨਸਲਾਂ ਦੀ ਖੈਰ ਹੋਵੇ। ਬਾਈ ਅੱਧ ਹੋ ਗਈ, ਵਿਲਾਇਤ ਅਲੀ ਦੇ ਘਰ ਦੀ ਏ ਤੇ ਦੂਜੇ ਤੇ ਸਾਰੇ ਸਵਾਲ ਹੀ ਹੈ। ਇੱਕ ਸੱਤਰ ਹੋਰ ਤੇ ਕਸੀਦਾ ਜੀ, ਹਾਤਮ ਤਾਈ ਤੇ ਅਲੀ ਬਾਦਸ਼ਾਹ, ਤੂੰ ਇੱਕ ਬੰਦੇ ਪੁੱਛਿਆ ਹਾਤਮ ਤਾਈ ਤੇ ਤੁਹਾਡੀ ਸਖਾਵਤ ਵਿੱਚ ਫਰਕ ਕਿਤਣਾ, ਅਲੀ ਆ ਦਿਨ ਹਾਤਮ ਦੇ ਦਰਵਾਜ਼ੇ ਕਿਤਣੇ, ਉਹਦਾ ਕਿ ਜੀ 40, ਅਲੀ ਆ ਦਿਨ 40 ਦਰਵਾਜ਼ੇ ਤੇ ਸਵਾਲੀ ਜਾਵੇ ਹਰ ਬੂਹੇ ਤੋਂ ਲੱਭਦਾ, ਜੀ ਮੌਲਾ ਜ਼ਰੂਰ ਲੱਭਦਾ। ਅਲੀ ਆ ਦਿਨ ਜਿਹੜਾ ਅੱਜ ਪਿੰਨ ਮੰਗ ਕੇ 40 ਬੂਹਾ ਜਾਵੇ ਕੱਲ ਮੁੜ ਆਉਂਦਾ, ਉਹਦਾ ਕਿਆ ਯਾ ਅਲੀ ਆਉਂਦਾ। ਅਲੀ ਆ ਦਿਨ ਇਤਨਾ ਫਰਕ ਉਸਦੀ ਮੇਰੀ ਸਖਾਵਤ 'ਚ, ਉਹਦਾ 40 ਦਰਵਾਜ਼ਾ ਪਿੰਨ ਕੇ ਵੀ ਸਵਾਲੀ ਦੀ ਭੁੱਖ ਦੂਰ ਨਹੀਂ ਹੁੰਦੀ, ਜਿਹੜਾ ਮੇਰੀ ਦਲੀਜ਼ 'ਤੇ ਇੱਕ ਵਾਰੀ ਆਵੇ ਮੁੜਾ ਵੰਡਣ ਲੱਗ ਪਾਉਂਦਾ। ਬਾਈ ਸਲਾਮ ਹੈ ਤੁਹਾਨੂੰ, 18 ਦਿਲ ਹਜ ਗਦੀਰ ਦਾ ਮੈਦਾਨ, 1.25 ਲੱਖ ਹਾਜੀ, 0 ਮੀਟਰ ਹਾਜੀ, ਅਪਲਾਈਟ ਫਾਰ ਹਾਜੀ, ਦੁਪਹਿਰਾਂ ਦਾ ਵੇਲਾ, ਚਿੱਟੀ ਅਲ ਮੈਦਾਨ, ਮੁਹੰਮਦ ਮੁਸਤਫਾ ਕਿਆ ਜੋ ਅੱਲਾ ਦੀ ਵਈ ਆਈਏ ਅਤੇ ਮੈਂ ਇੱਕ ਐਲਾਨ ਕਰਨਾ, ਪਲਾਣਿਆਂ ਦਾ ਮਿੰਬਰ ਬਣ ਗਿਆ ਮੁਸਤਫਾ, ਉੱਥੇ ਐਲਾਨ ਕੀਤਾ
ਰਾਮ ਦਿਆਣੇ ਤੇ ਬਦੀਨਾ ਤੇ ਡੂਡੀਆਂ ਤੇ ਚਾਕ ਸੁਲੇਮਾਨ ਤੇ ਗੁਰਨੇ ਵਾਲਿਆ ਇੱਥੇ ਬਦੀਨਾ ਵਾਲਿਆ ਜਸ਼ਨ ਮਨਾਇਆ ਤੇ ਮੁੜ ਸਿਰਫ ਅਸਾਂ ਨਹੀਂ ਮਨਾਇਆ, ਇਹ ਕਸਤੀ ਹੋਰ ਵੀ ਮਨਾਏ ਆਕੋ ਤੇ ਕਸੀਦਾ ਦੱਸਾਂ ਜੀ ਖੁਦ ਜਸ਼ਨ ਮਨਾਇਆ ਕੌਨੈਨ ਕੇ ਖਾਲਕੇ ਨੇ 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 ਖੁਦ ਜਸ਼ਨ ਮਨਾਇਆ ਦਾਰੈਨ ਕਮੌਲਾ ਜਬ ਦਾਰੈਨ ਕਮੌਲਾ ਜਬ ਹੈਦਰ ਕੋ ਬਨਾਇਆ ਬਾਈ ਸਲਾਮ ਹੈ ਤੁਹਾਨੂੰ ਬਾਈ ਸਲਾਮ ਹੈ ਤੁਹਾਨੂੰ ਤੁਹਾਡੀਆਂ ਨਸਲਾਂ ਦੀ ਖੈਰ ਹੋਵੇ ਮੇਰੀ ਜੋ ਨੌਕਰੀ ਹੈ ਕੌਨੈਨ ਕੇ ਖਾਲਕੇ ਨੇ ਖੁਦ ਜਸ਼ਨ ਮਨਾਇਆ ਕੌਨੈਨ ਕੇ ਖਾਲਕੇ ਨੇ ਖੁਦ ਜਸ਼ਨ ਮਨਾਇਆ ਦਾਰੈਨ ਕਮੌਲਾ ਜਬ ਦਾਰੈਨ ਕਮੌਲਾ ਜਬ ਹੈਦਰ ਕੋ ਬਨਾਇਆ ਤੁਹਾਡੀ ਜ਼ਿੰਦਗੀ ਹੋ ਜਾਵੇ ਭਾਈ ਬਹੁਤ ਮਿਹਰਬਾਨੀ ਭਾਈ ਅੱਲਾ ਹੈ ਜੀ ਕਿਤੇ ਡਿੱਠਾ ਵੀ ਹੈ ਮੈਂ ਵੀ ਕੋਈ ਨਹੀਂ ਡਿੱਠਾ ਮੰਨੀ ਵਧੇ ਹੈ ਵਜ੍ਹਾ ਕੀ ਹੈ ਮੁਸਤਫਾ ਜੋ ਆਖੇ ਅਤੇ ਜੇ ਮੁਸਤਫਾ ਆਖੇ ਤਾਂ ਮੁੜੋ ਕੰਮ ਹੁੰਦਾ ਕਬਰ ਏ ਤਜ਼ਾਬ ਹੈ ਡਿੱਠਾ ਨਹੀਂ ਤੁਹਾਡੀ ਜ਼ਿੰਦਗੀ ਹੋਵੇ ਮੰਨ ਲਿਆ ਵਜ੍ਹਾ ਕੀ ਹੈ ਮੁਸਤਫਾ ਜੋ ਆਖੇ ਮੌਲਵੀ ਚਲਾਕੀ ਨਕਾਰ ਜਿਹੜੀਆਂ ਗੱਲਾਂ ਰਸੂਲ ਛੁਪਾ ਛੁਪਾ ਕੇ ਮਨਾਈਆਂ ਉਹ ਤੂੰ ਸਾਰੀਆਂ ਮੰਨ ਗਿਆ ਤੇ ਸਮਝ ਨਹੀਂ ਆਈ ਹੈਰਾਨ ਹੂੰ ਮੈਂ ਇਨਕੋ ਆਇਆ ਨਾ ਨਜ਼ਰ ਫਿਰ ਵੀ ਹੈਰਾਨ ਹੂੰ ਮੈਂ ਇਨਕੋ ਆਇਆ ਨਾ ਨਜ਼ਰ ਫਿਰ ਵੀ ਆਇਆ ਨਾ ਨਜ਼ਰ ਫਿਰ ਵੀ ਅੰਧੋ ਕੋ ਮੁਹੰਮਦ ਨੇ ਅੰਧੋ ਕੋ ਮੁਹੰਮਦ ਨੇ ਬਾਲੂ ਵੀ ਦਿਖਾਇਆ ਹੈ ਤੁਹਾਡੀ ਜ਼ਿੰਦਗੀ ਹੋਵੇ ਭਾਈ ਭਾਈ ਸਲਾਮ ਹੈ ਜ਼ਿੰਦਾਬਾਦ ਭਾਈ ਅੱਛਾ ਜੀ ਜੀ ਨੌਕਰੀ ਹੈ ਮੇਰੀ ਤੁਹਾਡਾ ਹੁਕਮ ਆ ਜਾਵੇ ਐਲਾਨ ਕਰਕੇ ਮੈਂ ਪਿਆ ਦਾ ਹੈਰਾਨ ਹੂੰ ਮੈਂ ਇਨਕੋ ਆਇਆ ਨਾ ਨਜ਼ਰ ਫਿਰ ਵੀ ਹੈਰਾਨ ਹੂੰ ਮੈਂ ਇਨਕੋ ਆਇਆ ਨਾ ਨਜ਼ਰ ਫਿਰ ਵੀ ਆਇਆ ਨਾ ਨਜ਼ਰ ਫਿਰ ਵੀ ਅੰਧੋ ਕੋ ਮੁਹੰਮਦ ਨੇ
اندھوں کو محمد نے بازو بھی دکھایا ہے. بہت مہربانی بھائی, بہت مہربانی بھائی. نماز بچائی مدینے والے سیدا, نماز بھی دین تے جے بچاون والے او بچائے, تے جے نماز دین ہے تے غدیر خوم تے اللہ بھی آکھیا آج دین مکمل ہویا. تے ہویا کیوں ہے؟ تو علی دی ولایت دا اعلان کیتا ہے. لے گلشن بخاری اعلان کر کے پیا دے, گر تیری عبادت میں نہیں ذکر ولایت کا, گر تیری عبادت میں نہیں ذکر ولایت کا, نہیں ذکر ولایت کا. لعنت نے مسلے سے, لعنت نے مسلے سے پھر تم کو ہٹایا. بھائی سلام ہے, زندہ باد, زندہ باد. بھائی کمال ہو گئے, ہائے دری. بھائی تہاڈیاں نسلاں دی خیر ہو جاوے. چلو تسی سوال کرو. گلشن شاہ جدا پاک محمد دے ہاتھ وچ علی دا ہاتھ آئی, ولی دے ہاتھ وچ ولی دا ہاتھ آئی, مصطفیٰ دے ہاتھ وچ مرتضیٰ دا ہاتھ آئی, نبی دے ہاتھ وچ علی دا ہاتھ آئی. یا میں زمانے دے فتوے تو نہ ڈردو ہویا, ایو چاکا محمد دے ہاتھ ید اللہ ہی ہاتھ آئی. سبحان اللہ, اے دریا. اس لیے منظر کیا تے میں پیادا, یوں ہاتھ علی کا ہے ہاتھوں میں محمد کے, یوں ہاتھ علی کا ہے ہاتھوں میں محمد کے. چلو بھائی ہوں میرے لو بھی ہے, میں رک گیا اسے توں بتو دا جدو ویک کے ہی رہنا ہے. بندے جڑے تو دا دیہڑی 35 واری بھی دیکھتا ہوئے جدا مجلس سے چھوٹے تو دا ضرور پھرنا ہوندا. یہ ساڈا بھی تجربہ ہے, لیکن جڑی تار میں جوڑی کھلانے انسلوشن ٹیپ لگدی نہیں. اگر لگ ویندی ہوندی میں کدی نہ رکا تے میں پیادا, یوں ہاتھ علی کا ہے ہاتھوں میں محمد کے, یوں ہاتھ علی کا ہے محمد کے, ہاتھوں میں محمد کے. قرآن نے خود جیسا, قرآن نے خود جیسا قرآن اٹھایا ہے. سبحان کلی آباد بھائی کمال. بانی یہ مجلس دا حکم ہے نہ کی شاید قصیدے دا, وہ ہوں میں نہ پڑھا تو مڑ پتہ ہے جڑا بانی دے آکھے نہ لگے وہ پاگل ہوندا ہے. آن مڑ پٹرول پمپ تے دامن دینا پوندا ہے. بانی یہ مجلس ہے تو حکم ہی ہوندا, باویں ہوں میں ڈیر واری بھی پڑھے قصیدہ تے بادشاہاں دا ذکر ہے قرآن تے پرانا ہوندا نہیں. ایتھے محل آئی محل اے سنگے مر مرد ایتھے کلی آئی, کلی ککھاں دی محل چینی دا
ਜਿਹੜਾ ਕੁੱਲੀ ਚਰਾਂਦਾ ਅਲੀ ਵਾਲਾ ਤੇ ਜਿਹੜਾ ਮਾਹਲ ਚਰਾਂਦਾ ਉਹਦੇ ਪਿਓ ਦਾ ਨਾਂ ਯੂਨੀਅਨ ਕੌਂਸਲ ਦੇ ਰਜਿਸਟਰ 'ਚ ਕੋਈ ਨਹੀਂ। ਸਵੇਰੇ ਦਾ ਵੇਲਾ ਮਲੰਗ ਉੱਠਿਆ ਤੇ ਉਸ ਨਾਲ ਮੁਕਰੂ ਦੇ ਬੂਹੇ ਗਿਆ ਕੇ ਸਦਾ ਦਿੱਤੀ ਕੋਈ ਖੈਰਾਤ ਮੰਡੇ ਵੇ ਨਜ਼ਰ ਅੱਲਾ ਨੇ ਆਜ਼ ਹੁਸੈਨ। ਮੁਕਰੂ ਨੇ ਇੰਜ ਲੱਗਾ ਵਾ ਨੰਗੀ ਤਾਰ ਤਰੁੱਟੀ ਹੈ ਬਿਜਲੀ ਦੀ ਤੇ ਡਹਿ ਮੰਜੀ ਤੇ ਪਈ ਕਦੀ ਆ ਨਿਵਾਜ ਮਜਾਲਸ ਵਾਲੇ ਆ ਤੇਰੀ ਜ਼ਿੰਦਗੀ ਹੋਵੇ ਕਦੀ ਇਹ ਲਾਈਵ ਕੈਮਰੇ ਦੋ ਜਾ ਤੇ ਹੁੰਦੇ ਨਾ ਤੇ ਅੱਜ ਸ਼ਜਰੇ ਡੂਡਣ ਦੀ ਲੋੜ ਹੀ ਕੋਈ ਨਾ। ਇੱਕੋ ਮੁਕਰੂ ਦੇ ਬੂਹੇ ਤੇ ਕਠਾਰਾਂ ਦੇ ਲਾਜ ਗਦੀਰ ਦੇ ਮੈਦਾਨ ਹੈ ਦਰੀ ਅੱਛਾ ਜਿਹਨੇ ਆਪੇ ਨਿਖੜ ਵਜਣਾ ਹੈ ਉਹ ਮੁਕਰੂ ਅੰਦਰੋਂ ਨਿਕਲਿਆ ਕਾਲਾ ਕਾਲਾ ਬਾਬਾ ਜੀ ਬਾ ਮੈਂ ਨਾ ਆਖਾਂ ਬਾ ਇਹ ਗੱਲ ਮੇਰੇ ਬੂਹੇ ਤੇ ਆਈ ਤੂੰ ਬਾਅਦ ਨਾ ਕਰੀ ਆਇਓ ਵੇਲਿਆ ਐਂ ਕਰਕੇ ਉਸ ਬੂਹਾ ਖੋਲਿਆ ਤੇ ਦੌਣ ਬਾਹਰ ਕੱਢ ਕੇ ਆਦਾ ਮਲਾਂਗੇ ਉਹ ਸਕਿਆ ਯਾ ਅਲੀ ਮਦਦ ਪਿਓ ਦੇ ਪੁੱਤਰ ਵੀ ਮਰ ਗਏ ਜੋੜ ਆਇਓ ਤੇ ਮੈਂ ਗੱਲ ਕਰਾਂ ਚਾ ਮਲੰਗ ਤੇ ਮੁਕਰੂ ਰਲ ਕੇ ਬਹਿ ਗਏ ਇੱਕ ਬੱਸ ਤੇ ਸੀਟ ਅਗੂ ਚਾਚਾ ਰੱਬ ਵੱਲੋਂ ਇਕੱਠੀ ਹੋ ਗਈ ਪੰਜ ਨੰਬਰ ਤੇ ਛੇ ਨੰਬਰ ਅਸੀਂ ਬੱਕਰੀ ਰਲ ਕੇ ਬਹਿਣਾ ਪਿਆ ਹੁਣ ਦਿਲ ਮੁਕਰੂ ਦਾ ਵੀ ਬਸ਼ੀਸ਼ੇ ਵੱਲ ਮੈਂ ਬਵਾਂ ਮੌਸਮ ਗਰਮੀ ਦਾ ਹੀ ਮਲੰਗ ਦਾ ਵੀ ਦਿਲ ਬਾ ਮੈਂ ਬਵਾਂ ਉਹ ਮੁਕਰੂ ਚਲਾਕੀ ਨਾਲ ਸ਼ੀਸ਼ੇ ਵੱਲ ਬਹਿ ਗਿਆ ਮਲੰਗ ਆਖਿਆ ਬੇ ਟੱਚ ਦੇਨਾ ਉਮੀਦ ਹੈ ਬੈ ਜਾ ਛੱਡਦਾ ਮਲੰਗ ਆਖਿਆ ਜਿਹਦੇ ਬਹਿ ਗਿਆ ਉੱਤੋਂ ਵੇਖੇ ਨਾ ਉੱਤੇ ਲਿਖੇ ਹੋਇਆ ਪੰਜ ਹੀ ਸੁਭਾਨ ਅੱਲਾਹ ਆਓ ਜੀ ਜ਼ਿਲ੍ਹੇ ਹਸਨੈਨ ਜ਼ਿੰਦਗੀ ਹੋਈ ਇਮਾਮ ਹੁਸੈਨ ਦਾ ਬੜਾ ਸੋਹਣਾ ਲੱਗ ਕਰੇ ਮਾਲਕ ਹੋਰ ਅਰਸ਼ਾਂ ਦੇ ਰੰਗ ਲਾਵੇ ਅਤੇ ਮਾਲਕ ਕਾਇਨਾਤ ਅਤੇ ਕਿਸੇ ਦਾ ਮੁਹਤਾਜ ਨਾ ਕਰੇ ਬੜਾ ਹੀ ਚੰਗਾ ਲੱਗ ਕਰੇ ਮੇਰੇ ਨਾਲੂ ਚੰਗਾ ਪੜ੍ਹਦਾ ਅਤੇ ਮਾਲਕ ਇਹਨ ਅਜਰ ਦੇਵੇ ਇਹ ਕਸੀਦਾ ਮੈਂ ਕੁਝ ਅਰਸਾ ਪਹਿਲੇ ਪੜ੍ਹਿਆ ਹੀ ਸੁਣ ਲਏ ਉਸ ਜੰਨਤ ਨਹੀਂ ਵਜਣਾ ਉਹ ਪੜ੍ਹਿਆ ਮੇਰੇ ਤੋਂ ਬਾਅਦ ਡਿਰਨਾ ਹੈ ਪਰ ਜਿਵੇਂ ਇਸ ਪੜ੍ਹਿਆ ਨਾ ਕੁਰਾਨ ਦੀ ਕਸਮ ਹੈ ਗੱਲ ਖਲੋ ਗਈ ਬੜਾ ਬੜਾ ਚੰਗਾ ਲੱਗ ਕਰੇ ਅਤੇ ਮੇਰੇ ਤੋਂ ਬਾਅਦ ਰੱਜ ਕੇ ਸੁਣਿਆ ਚਲੋ ਮਾਹੌਲ ਥੋੜ੍ਹਾ ਜਿਹਾ ਬਣ ਗਿਆ ਅਤੇ ਮਜ਼ੀਦ ਹੋਰ ਬਣ ਜਾਵੇ ਅਤੇ ਮੈਂ ਮਿੰਬਰ ਹਵਾਲੇ ਕਰ ਜਾਵਾਂ। ਅੱਛਾ ਜੀ ਉਹ ਮੁਕਰੂ ਬਹਿ ਗਿਆ ਇਧਲੇ ਪਾਸੇ ਉਹਦਾ ਕਿਹਾ ਉੱਤੋਂ ਵੇਖ ਪੰਜ ਲਿਖਿਓ ਜੀ ਉਹ ਛਾਲ ਚਾਈ ਤਿੱਦੇ ਆ ਪਿਆ ਉਹਦਾ ਕਿਹਾ ਇਹ ਸਾਈਡ ਜਾਣੇ ਅਤੇ ਤੂੰ ਜਾਣੇ ਉਹਦਾ ਕਿਹਾ ਬਾ ਮੇਰੀ ਦੁਆ ਹੀ ਮਾਸ਼ਰ ਨੂੰ ਹੀ ਨਾਂਦੇ ਮੱਥੇ ਤੂੰ ਨਾ ਲੱਗੇ ਸਫ਼ਰ ਹੋ ਗਿਆ ਸ਼ੁਰੂ ਬਾਬਾ ਜੀ ਅਤੇ ਜੰਪ ਲੱਗਾ ਬੱਸ ਨੂੰ ਅਤੇ ਮਲੰਗ ਆਖਿਆ ਯਾ ਅਲੀ ਉਹਦਾ ਕਿਹਾ ਜੰਪ ਨਿੱਕਾ ਅਤੇ ਨਾ ਵੱਡਾ ਲਿਆਈ ਉਹਦਾ ਕਿਹਾ ਜੰਪ ਭਾਵੇਂ ਨਿੱਕਾ ਤੇਰੇ ਪਿਓ ਦਾ ਪਤਾ ਲੱਗ ਨਹੀਂ ਗਿਆ ਬੂਟਿਆ ਸਾਈ ਕਢਾਵੀਂ ਤੇਰੀ ਜ਼ਿੰਦਗੀ ਬਾਈ ਕਮਾਲ ਹੋ ਗਏ ਭਾਵੇਂ ਨਿੱਕਾ ਜੰਪ ਆਈ ਤੇਰੇ ਵਾਲਦ ਦਾ ਪਤਾ ਲੱਗ ਨਹੀਂ ਗਿਆ ਸਫ਼ਰ ਸ਼ੁਰੂ ਹੋ ਗਿਆ ਜੀ ਉਹਦਾ ਕਿਹਾ ਮਲੰਗਾ ਜੰਤੀ ਹੈ ਅਤੇ ਮਲੰਗ ਆਖਿਆ ਪੀਰ ਹਸਨ ਹੁਸੈਨ ਹੋਣ ਅਤੇ ਜੰਨਤ ਮੁੜ ਕਿਦੋਂ ਲੱਭਣੀ ਅੱਲਾ ਦੇ ਹੁਕਮ ਨਾਲ ਜੰਤੀ ਹੈ ਉਹਦਾ ਕਿ ਜੇ ਤੂੰ ਜੰਤੀ ਹੈ ਤਾਂ ਮੁਹੰਮਦ ਮੁਸਤਫਾ ਦੀ ਅਤੀਸ ਹੈ ਵ ਜੰਤੀ ਕੋਲੋਂ ਖੁਸ਼ਬੋ ਹੋਣੀ ਅਤੇ ਮੈਂ ਉਸ ਅਦੀਸ ਦਾ ਤਰਜਮਾ ਕਿਤੇ ਲੈ ਜਾਵਾਂ ਉਹਦਾ ਕਿ ਪਿਓ ਦੇ ਪੁੱਤਰ ਮਰਨੀ ਅਗਲੀ ਅਦੀਸ ਕਿਸੇ ਹੋਰੀ ਰਸੂਲ ਦੀ ਏ ਇਸ ਨਬੀ ਆਖਿਆ ਅਲੀ ਦਾ ਦੁਸ਼ਮਣ ਜੰਨਤ ਦੀ ਖੁਸ਼ਬੋ ਲੈ ਨਹੀਂ ਸਕਦਾ ਸੁਭਾਨ ਅੱਲਾ ਉਹ ਮੁਕਰੂ ਸਵੇਰੇ ਉੱਠਿਆ ਜੀ ਆਵਾਂ ਮੈਂ ਮਕਸਦ 'ਤੇ ਉਹ ਆਦਾ ਬੇਸ ਮਲੰਗ ਨੂੰ ਆਦਾਂ ਅਲਮ ਜੌਂਪੜੀ ਤੋਂ ਲਾ ਇਹ ਨਿਕਲਦਾ ਇੱਥੋਂ ਤਾਂ ਇਹ ਤਾਂ ਲੈਂਦਾ ਹੈ ਮੈਨੂੰ ਜੌਂਪੜੀ ਦੇ ਬੂਹੇ ਅੱਗੇ ਆ ਕੇ ਆਦਾ ਮਲੰਗਾ ਅੰਦਰ ਆ ਜਾਵਾਂ ਮਲੰਗਾ ਦਾ ਇੱਕ ਵੁਜ਼ੂ ਕੀਤੋ ਜੀ ਇਹ ਜੌਂਪੜੀ ਬਗੈਰ ਵੁਜ਼ੂ ਦੇ ਨਾਂ ਵੀ ਖਲੋ ਬਾਹਰ ਮੈਂ ਆਉਂਦਾ ਮਲੰਗ ਬਾਹਰ ਆਇਆ ਕਿਵੇਂ ਆਇਆ ਹੋ ਸਕਿਆ ਮੈਂ ਅਲਮ ਲਾਉਣਾ
ਕੀ ਹੋ ਸਕਿਆ? ਮੈਂ ਅਲਮ ਲਾਹ ਕੇ ਛੱਡਣਾ। ਮਲਾਂਗਾ ਕਿਆ ਜ਼ਿੱਦੜ ਤੂੰ ਵੀ ਬੜਾ ਹੈ ਤੇ ਪੀਰ ਮੇਰਾ ਵੀ ਅਲੀ, ਤੂੰ ਲਾ ਕੇ ਛੱਡਣਾ ਹੈ ਤੇ ਮੈਂ ਇੱਕ ਹੋਰ ਇਹਦੇ ਨਾਲ ਲਾ ਕੇ ਛੱਡਣਾ। ਜਦੋਂ ਇਸ ਮਲਕ ਜੀ ਚੋਖੀ ਜ਼ਿੱਦ ਕੀਤੀ ਨਾ ਮੈਂ ਅਲਮ ਲਾਣਾ, ਜਿਹੜੀ ਮਲੰਗ ਗੱਲ ਕੀਤੀ ਕਸੀਦਾ ਪੜਾਂ ਜੀ, ਇਹ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ, ਇਹ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ, ਇਹ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ। ਤੇਰੀ ਜ਼ਿੰਦਗੀ ਹੋਵੇ ਔਰ ਤੂੰ ਜਿਵੇਂ ਪਿਆਏ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ। ਬੂਟੇ ਖਾਨ ਜ਼ਾਕਰ ਉਹ ਚੰਗਾ ਹੁੰਦਾ ਹੈ, ਸੁਰ ਨਾ ਵੀ ਲੱਗੇ ਤੇ ਖਰਜ ਨਾ ਛੱਡੇ, ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ। ਜੇ ਕਸੀਦਾ ਸੁਣਾਵਾਂ ਮੈਂ ਤੇ ਤੁਸੀਂ ਅੱਗੋ ਨਾ ਬੋਲੋ, ਮੈਂ ਇੱਥੇ ਮੋੜ ਨਹੀਂ ਆਣਾ, ਇਹ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ। ਨੌਕਰ ਅਲੀ ਦਾਦਾ 21-22 ਰਜਬ ਦੀ ਦਰਮਿਆਨੀ ਰਾਤ, ਅਗਰ ਝੌਂਪੜੀ ਥੱਲੇ ਆ ਜਾਵੇ ਇਮਾਮ ਜਾਫਰ ਸਾਦਕ ਦੇ ਕੁੰਦਿਆਂ ਦੀ ਨਿਆਜ਼ ਤੇ ਰਜਾ ਕੇ ਖਵਾਏ ਸਾਏ, ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ। ਅੱਛਾ ਮਾਜ਼ਰਤ ਨਾਲ ਸਵਾਲ ਕਰਨਾ ਤੇ ਮੇਰਾ ਵੀ ਹੱਕ ਬਣਦਾ ਹੈ, ਜਿਹੜਾ ਸਵਾਲ ਬਣਦਾ ਹੋਵੇ ਉਹ ਕਰਨਾ ਚਾਹੀਦਾ। ਆਹ ਲਾਈਵ ਕੈਮਰਾ ਹੈ, ਮੈਨੂੰ ਇੱਕ ਸਮਝਦੇ ਛੁੜਿਆ, ਇਹ ਜਿਹੜੇ ਇੰਨੇ ਹੀ ਕਰਦੇ ਹੋ, ਟੁੱਕਰ ਕਿਵੇਂ ਮੰਗਦੇ ਹੋ? ਮਲੂਮਾਤ ਚੰਗੀ ਹੁੰਦੀ ਹੈ ਦਰੀ। ਚਲੋ ਕੋਈ ਕੋਡ ਵੀ ਆਉਂਦਾ ਹੈ, ਬਸ ਮੈਂ ਇਦੂ ਵੇਖਾਂ ਤਾਂ ਰੋਟੀ ਲੈ ਵਿਆ, ਇਦੂ ਇੰਝ ਕਰਾਂ ਤਾਂ ਪਾਣੀ ਲੈ ਵਿਆ। ਨਹੀਂ ਆਉਂਦੀ ਚੰਗੀ ਜ਼ਬਾਨ ਜਿਹੜੀ ਸਿਆਲ ਮੋੜ ਤੇ ਗੱਲ ਨਾ ਕਰਨ ਦੇਵੇ ਤੇ ਇੱਥੇ ਬੋਲੇ ਨਾ। ਨੌਕਰ ਅਲੀ ਦਾ ਮੁਕਰੂ ਨਾ ਦਪੇ ਕੁੱਲੀ ਏ ਫਕੀਰਾਨੀ ਗਰ ਹੁਬਦਾਰਾ ਦਾ ਅਲਮ ਇਥੋਂ ਨਹੀਂ ਲਾਣਾ, ਏ ਅਲਮ ਸਹਾਰਾ ਏ ਉਹ ਸੰਗੂ ਨਗਾ ਕੁੱਲੀ ਏ ਫਕੀਰਾਨੀ। ਬਹੁਤ ਮਿਹਰਬਾਨੀ ਭਾਈ, ਜਿਵੇਂ ਜ਼ਿੰਦਾਬਾਦ ਭਾਈ। ਮਾਲਕ ਕਿਸੇ ਦਾ ਮੋਹਤਾਜ ਨਾ ਕਰੇ ਬਾਬਾ ਜੀ, ਹੋ ਨਹੀਂ ਸਕਦਾ ਜ਼ਬਾਨ ਠੀਕ ਹੋਵੇ ਤੇ ਬੰਦਾ ਮਜਲਸ ਚ ਹੋਵੇ ਤੇ ਘਰ ਜਾ ਪੁੱਤਰ ਨੂੰ ਆਖੇ ਮੈਂ ਤੇ ਬੋਲਿਆ ਨਹੀਂ, ਇਹ ਕਦੀ ਹੋ ਹੀ ਨਹੀਂ ਸਕਦਾ। ਵਜ੍ਹਾ ਕੀ ਏ? ਇਹ ਆਦਾ ਮੈਂ ਨਮਾਜ਼ ਪੜ੍ਹਦਾ, ਮੇਰੇ ਸਾਹਮਣੇ ਅਲਮ ਆਉਂਦਾ, ਮੇਰੀ ਨਮਾਜ਼ ਨਹੀਂ ਰਹਿੰਦੀ ਆ। ਮਲੰਗ ਗਿਰੇ ਬਾਨ ਚ ਹੱਥ ਰੱਖ ਕੇ ਆਦਾ ਬੰਦੇ ਦਾ ਪੁੱਤਰ ਹਯਾ ਕਰ ਅੱਲਾ ਨੂੰ ਵਾਜ਼ੀ ਤੇ ਨਾਲ। ਤੁਹਾਨੂੰ ਸਲਾਮ ਹੈ ਭਾਈ, ਤੁਹਾਨੂੰ ਸਲਾਮ ਹੈ। ਤੁਹਾਡੀ ਜ਼ਿੰਦਗੀ ਹੋਵੇ ਅਰਸ਼ਾਂ ਦੇ ਰੰਗ ਹੋਵੇ ਨਾ, ਅਲੀ ਦਾ ਨੌਕਰ ਪਿਆ ਦੇ ਬੰਦੇ ਦਾ
ਰੱਬ ਤੇਰਾ ਹਯਾ ਕਰ ਅੱਲਾ ਨੂੰ ਗਾਜ਼ੀ ਤਨਾ ਦੇ ਤੂੰ ਤਾਂ ਅਦਨਾ ਨਮਾਜ਼ੀ ਗਾਜ਼ੀ ਦਾ ਬਾਬਾ ਨਮਾਜ਼ੇ ਗਾਜ਼ੀ ਦਾ ਬਾਬਾ ਨਮਾਜ਼ੇ ਰੱਬ ਕਹਿਦਾ ਏ ਉਹ ਰੱਬ ਹੀ ਵੀ ਬਾਰਾ ਦਾ ਅਲਮ ਇੱਥੋਂ ਨਹੀਂ ਤੁਹਾਡੇ ਹੱਥਾਂ ਸਲਾਮ ਹੈ ਭਾਈ ਕਮਾਲ ਏ ਤੁਹਾਡੀ ਜ਼ਿੰਦਗੀ ਹੋਵੇ ਹੈਦਰੀ ਹੋਰ ਜਿਸ ਵੇ ਬਾਬਾ ਜੀ ਆਈ ਗਈ ਕੋਈ ਨਾ ਮੁਕਰੂ ਆ ਦੇ ਮਲੰਗਾ ਆਪਣੇ ਆਪ ਲੋਵੇਕ ਮੇਰੇ ਲੋਵੇਕ ਇਹ ਜਿਵੇਂ ਤੁਸੀਂ ਤੇਲ ਵਾਲਾ ਬੰਦਾ ਹੋਵੇ ਤੂੰ ਦੂਜੇ ਨਾਲ ਦੇਣਾ ਆਪਣਾ ਗੁਜ਼ਾਰਾ ਵੇਖ ਤੇ ਮੇਰਾ ਗੁਜ਼ਾਰਾ ਵੇਖ ਇਹ ਡੁੱਬ ਪਵੇ ਨਾ ਜਿਹੜੇ ਜਵਾਨ ਹੋ ਨਾ ਰਾਮ ਦੇਣੇ ਦੇ ਇਹ ਜਿਹੜੇ ਅਜ਼ੀਜ਼ ਹੋ ਕੁਰੇਸ਼ੀ ਸਾਹਿਬ ਕੁਛ ਟਾਕੀ ਗਿਓ ਦੀ ਲੱਭ ਪਵੇ ਤੇ ਬੂਟੇ ਨੂੰ ਦਿੱਤੀ ਕਰੋ ਇਹ ਤੁਹਾਨੂੰ ਲਵਿਆਂ ਚੋਰਾਂ ਨੇ ਇਸ ਨਾਰਿਆਂ ਵਾਲੀ ਬੜੀ ਸਹੀ ਕਢਾਈ ਤੁਹਾਡੀ ਜ਼ਿੰਦਗੀ ਜੀ ਖੈਰ ਹੋਵੇ ਰਾਹ ਜਾਣੇ ਤੇ ਸ਼ਾਹ ਜਾਣੇ ਬੂਟਿਆ ਤੇਰੀ ਜ਼ਿੰਦਗੀ ਹੋਵੇ ਅਗਰ ਤੂੰ ਇੱਥੇ ਨਾ ਨਾ ਮਜਲਸ ਚੋਵੇਂ ਤੇ ਜ਼ਾਕਰ ਘੱਟ ਘੱਟ ਕਢਾਉਂਦੇ ਰਹਾਂ ਅੱਲਾ ਤੇਰੀ ਜ਼ਿੰਦਗੀ ਚਲੋ ਇਤਨੀ ਸਾਈ ਕਢਵੈਨਾ ਹੈ ਬਜ਼ਾਕਰ ਮਸਕੀਨ ਵੀ ਸਾਥ ਲੈ ਲੈਂਦਾ ਹੈ ਅੱਲਾ ਤੇਰੇ ਲੰਬੇ ਸਾਹ ਕਰੇ ਮਾਲਕ ਕਿਸੇ ਦਾ ਮੁਹਤਾਜ ਨਾ ਕਰੀ ਕੋਈ ਵਸ ਨਾ ਲੱਗਾ ਤੇ ਮੁਕਰੂ ਪਿਆ ਕਿ ਵੇਖੇ ਨਾ ਮੇਰਾ ਘਰ ਕਿੱਡਾ ਸੋਹਣਾ ਐਂ ਮਲੰਗ ਵੇਖ ਕੇ ਘਰ ਲਵਾ ਦੇ ਘਰ ਜੇ ਸੋਹਣਾ ਹੈ ਤੂੰ ਆਪ ਜੇ ਘੋੜੇ ਦਾ ਘੋੜਾ ਹੈ ਜਦ ਇਸ ਬਾਰ ਬਾਰ ਆਖਿਆ ਘਰ ਸੋਹਣਾ ਹੈ ਤੇ ਮਲੰਗ ਪਿਆ ਦੇ ਘਰ ਤੇਰਾ ਸੋਹਣਾ ਜ਼ਰੂਰ ਹੈ ਲੇਕਿਨ ਯਜ਼ੀਦੀ ਸਮਾਏ ਯਜ਼ੀਦੀ ਸਮਾਏ ਗਾਜ਼ੀ ਦੇ ਅਲਮਾ ਦੀ ਛਾਏ ਗਾਜ਼ੀ ਦੇ ਅਲਮਾ ਦੀ ਛਾਏ ਅਲਮ ਤੱਲੇ ਰਾਦਾ ਏ ਉਹ ਰਾਸ਼ੇ ਅਜ਼ਾਦਾ ਸੁਭਾਨ ਸੁਭਾਨ ਬੱਲਾ ਹੋਈ ਬੱਲਾ ਹੋਈ ਬੱਲਾ ਹੋਈ ਐ ਦਰੀ ਲੁੱਟੀਆਂ ਗਈਆਂ ਬੱਠੀ ਗਾਸਬ ਨਾ ਬਣਾ ਮੇਰੇ ਤੋਂ ਬਾਅਦ ਵੀ ਮੈਂ ਹੀ ਪੜ੍ਹਨਾ ਵਸਦੇ ਅਜਾਇਨ ਦਰਜੀ ਦਾ ਨਾਂ ਜਬਰੀਲ ਆਈ ਉਜੜੇ ਨਹੀਂ ਗਏ ਬਿਰਾ ਕੋਲ ਕਫਨ ਕੋਈ ਨਾ ਆਈ ਅਤੇ ਬਹਿਣ ਕੋਲ ਚਾਦਰ ਕੋਈ ਨਾ ਚਲੋ ਮੈਂ ਇੱਕ ਹੁਕਮ ਦੀ ਤਮੀਲ 'ਚ ਇੱਕ ਵੈਣ ਕਰ ਦਿੰਦਾ 2024 ਦੀ ਜਿਹੜੀ ਵੀ ਮਜਲਸ ਹੈ ਜਿੱਥੇ ਮੈਂ ਖਲੋਨਾ ਨਾ ਉਸ ਵੈਣ ਦਾ ਮੈਨੂੰ ਹੁਕਮ ਹੁੰਦਾ ਅਤੇ ਚਲੋ ਹੁਕਮ ਅੱਜ ਵੀ ਹੋਇਆ ਮੈਂ ਤਮੀਲ ਕਰ ਦਿੰਦਾ ਇਹ ਦੋ ਦਿਨ ਪਹਿਲੇ ਨਿਵਾਲ ਮਜਾਲਸ ਵਾਲਾ ਲੱਖ ਇਕੱਦਰ ਆਈ ਉੱਥੇ ਮੈਂ ਖਲੋਤਾ ਉਹਨਾਂ ਵੀ ਇਸ ਵੈਣ ਦਾ ਹੁਕਮ ਕੀਤਾ ਅਤੇ ਚਲੋ ਬਾਦਸ਼ਾਹਾਂ ਦੀ ਮੋਹਰ ਜੋ ਲੱਗ ਗਈ ਅਤੇ ਮੇਰਾ ਦਿਲ ਮੈਂ ਉਹ ਵੈਣ ਚੱਕਰਾਂ ਮੈਂ ਸਮਝਾਵਣ ਵਾਸਤੇ ਇੱਕ ਸਤਰ ਆਖਾਂ ਜੋ ਤੁਹਾਡੀ ਹਾਏ ਵਧੇ ਅਤੇ ਮੈਂ ਵਹਿਣ ਕਰਕੇ ਬਿਰਾ ਦੇ ਹਵਾਲੇ ਮਿੰਬਰ ਕਰਾਂ ਬਹਿਣਾਂ ਦੇ ਬਿਰਾਓ ਈਦ ਨੇੜੇ ਆਵੇ ਵਾਹ ਭਾਈ ਵਾਹ ਬਹਿਣ ਬਿਰਾ ਦਰਾ ਵੇਦੀ ਮੁੜਨ ਮਲੰਗ ਸਾਈਂ ਬਿਰਾਵਾਂ ਵਿੱਚ ਫਰਕ ਹੁੰਦਾ ਕੋਈ ਚੌਕੇ ਗੁਜ਼ਾਰੇ 'ਚ ਹੁੰਦਾ ਕੋਈ ਉਹਦੇ ਨਾਲ ਉਹ ਘੱਟ ਹੁੰਦਾ
ਜਿਹਦੇ ਹਾਲਾਤ ਜ਼ਿਲ੍ਹੇ ਸੁਨੈਣ ਠੀਕ ਹੋਵੇ ਨਾ, ਬਹਿਣ ਨੂੰ ਭਾਵੇਂ ਕੰਨ ਨਾਲ ਮੂੰਹ ਲਾਉਣਾ ਪਵੇ, ਉਹ ਨਾਧੀਏ ਪੀ ਈਦ ਮਹੀਨੇ ਨਾ ਦੇ ਸਾਹਮਣੇ ਦੇਵੀ, ਜੇ ਉਹਨਾਂ ਨੂੰ ਪਤਾ ਲੱਗੇ ਜੋ ਇਹ ਵਸਦੇ ਬਿਰਾ ਦੀ ਬਹਿਣ ਹੈ। ਅਗਰ ਬਿਰਾ ਦੇ ਹਾਲਾਤ ਨਾ ਹੋਵੇਣ, ਉਸ ਬਿਰਾ ਨੂੰ ਆਦੀਏ ਸਾਰੀ ਜ਼ਿੰਦਗੀ ਤੁਹਾਡੇ ਕੋਲੋਂ ਮੰਗਣਾ ਹੈ, ਸਾਰੀ ਜ਼ਿੰਦਗੀ ਲਵਣਾ ਹੈ। ਜਦਣ ਤੇਰੇ ਕੋਲੋਂ ਈਦ ਬਣ ਪਈ, ਉਦਣ ਮੈਨੂੰ ਚਦੇਵੀ ਪੱਥਰ ਰਾਖ ਵਿੱਚੋਂ ਪਾਣੀ ਨਿਕਲ ਆਵੇ, ਤੂੰ ਤਾਂ ਗੋਸ਼ ਦਾ ਜਿਗਰ ਰੱਖਦਾ। ਇੱਕ ਬਿਰਾ ਨੂੰ ਆਦੀਏ ਈਦ ਮੈਨੂੰ ਸਾਹਮਣੇ ਦੇਵੀ, ਜੋ ਵੇਖਣ ਜੋ ਅਮੀਰ ਬਿਰਾ ਦੀ ਭੈਣ ਹੈ। ਦੂਜੇ ਨਾਲ ਦੀਏ ਜੇ ਤੂੰ ਨਹੀਂ ਫਰ ਸਕਦਾ, ਸਾਰੀ ਜ਼ਿੰਦਗੀ ਤੁਹਾਡੇ ਕੋਲੋਂ ਲਿਆ, ਪਿੱਛੇ ਵੀ ਮੰਗਣਾ। ਜਦਣ ਹਾਲਾਤ ਠੀਕ ਹੋਏ ਦੇਵੀ ਚਾਹ, ਇਵੇਂ ਮਲੰਗ ਸਾਈਂ ਗਰੀਬ ਤੋਂ ਗਰੀਬ ਬਿਰਾ ਹੋਵੇ, ਇੱਕ ਸ਼ੈ ਭੈਣ ਜ਼ਰੂਰ ਮੰਗਦੀ ਹੈ, ਜਦੋਂ ਮੌਤ ਨੇੜੇ ਆਵੇ ਨਾ। ਵਾਹ ਭਾਈ, ਮੁੜ ਭਾਵੇਂ ਅਮੀਰ ਬਿਰਾ ਕੋਲ ਸਿਕੰਦਰ ਨਾ ਹੋਵੇ, ਗਰੀਬ ਬਿਰਾ ਦੇ ਵੀ ਗੱਲ ਬਾਈ ਪਾ ਕੇ ਆਦੀਏ, ਅੱਜ ਪਏ ਮੈਂ ਪਈ ਮੰਗਦੀ ਹਾਂ, ਮੈਨੂੰ ਕਫਨ ਪੇਕਾ ਤੂੰ ਦੇ, ਮੈਨੂੰ ਮਿੰਬਰ ਹੁਸੈਨ ਦੀ ਕਸਮ ਹੈ, ਕਾਇਨਾਤ ਦੀ ਹਰ ਸ਼ੈ ਭੈਣ ਛੱਡ ਦਿੰਦੀ ਹੈ ਗਰੀਬ ਬਿਰਾ ਨੂੰ। ਲੇਕਿਨ ਗਰੀਬ ਜਿਹੜਾ ਵੀ ਬਿਰਾ ਹੋਵੇ, ਭੈਣ ਕਫਨ ਮੰਗਦੀ ਹੈ, ਆਦੀ ਹੈ ਮੈਂ ਤੇਰੇ ਕੋਲੋਂ ਲਵਣਾ ਹੈ, ਕਿਉਂ ਜੋ ਹੱਕ ਹੁੰਦਾ ਹੈ ਪੇ ਕੇ ਆਉਂਦਾ। ਯਾਰ ਇੱਥੇ ਆਏ ਚਾ ਕਰ ਤੇ ਮੈਂ ਇੱਥੇ ਚਾ ਵਹਿਣ ਕਰਾਂ, ਕੋਈ ਕਾਇਨਾਤ ਤੂੰ ਵੱਖਰਾ ਗਰੀਬ ਆਈ ਸਜਾ, ਦੇਨ ਬਹਿਣ ਪਈ ਆਦੀ ਹੈ ਇਸੇ ਚੁੱਲ੍ਹੇ ਦਫਨਾ ਚਾ। ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭੱਲਾ ਹੋਈ ਭੱਲਾ ਹੋਈ, ਇਸੇ ਮਹਿਲੇ ਚੁੱਲ੍ਹੇ ਦਫਨਾ ਚਾ, ਮੈਂ ਤੇਰੇ ਤੇ ਰਾਜ਼ੀ ਹਾਂ। ਸੈਯਦਾਂ ਨਸਲੇ ਰਸੂਲ ਹਾਂ, ਹੁਸੈਨ ਦਾ ਜ਼ਾਕਿਰਾਂ, ਕਰਬਲਾ ਦਾ ਜ਼ਵਾਰ ਹਾਂ, ਤੇਰਾ ਮਹਿਮਾਨ ਆ ਤੇ ਹੱਥ ਜੋੜੀ ਖੱਲਾਂ। ਉਹ ਮੁਹੰਮਦ ਦਾ ਕਲਮਾ ਪੜਨ ਵਾਲਾ, ਕਦੀ ਵੀ ਛੋਟੇ ਬੱਚੇ ਨਾ ਮਾਰੀ, ਇਹ ਮੇਰਿਆਂ ਜੁੜਿਆ ਹੱਥਾਂ ਲੋ ਵੇਖੀ, ਜੇ ਮਰ ਨਾ ਪਵੀ ਕਿਸੇ ਮਜਬੂਰੀ ਤੂੰ, ਮੋੜੂ ਦੇ ਮੂੰਹ ਤੇ ਨਾ ਮਾਰੀ। ਵਾਹ ਭਾਈ ਵਾਹ, ਵਾਹ ਭਾਈ ਵਾਹ, ਮੂੰਹ ਤੇ ਨਾ ਮਾਰੀ। ਅੱਛਾ ਇੱਕ ਹੋਰ ਮੈਂ ਫਿਤਰੀ ਗੱਲ ਕਰਦਾ, ਭਾਵੇਂ ਮੈਂ ਸੋਦੀ ਰਾ ਕਰਾਂ, ਮੈਂ ਦੁੱਖਾਂ ਤੇ ਮਿਹਨਤ ਕਸੀਦਿਆਂ ਨਾਲ ਚੋਖੀ ਕੀਤੀ ਹੈ। ਵਜ੍ਹਾ ਇਹ ਹੈ ਜਿਹੜੀ ਸ਼ਾਮ ਤੇ ਕੌਮੀ ਚੋਂ ਆਉਂਦੀਆਂ ਨਾ, ਉਹ ਵਹਿਣ ਸੁਣਨ ਆਉਂਦੀਆਂ, ਨਾਰੇ ਸੁਣਨ ਨਹੀਂ ਆਉਂਦੀਆਂ। ਕਦੀ ਛੋਟੇ ਬਾਲ ਨੂੰ ਅੱਜ ਤੋਂ ਬਾਅਦ ਰੋਂਦਾ ਵੇਖੀ, ਮੈਂ ਸਹੀ ਤੈਨੂੰ ਤਜਰਬੇ ਦੀ ਗੱਲ ਦੱਸਦਾ। ਬੱਚੇ ਦੇ ਰੋਵਣ ਦੇ ਦੋ ਅੰਦਾਜ਼ ਹੁੰਦੇ ਨੇ ਰਿਲੇ ਸੁਣੈਣ, ਇੱਕ ਬੱਚਾ ਰੋਂਦਾ ਆਵਾਜ਼ ਨਾਲ, ਹੰਝੂ ਡਾਂਦੇ ਨੇ ਮੂੰਹ ਚੋਂ ਆਵਾਜ਼ ਨਿਕਲਦਾ, ਇੱਕ ਬੱਚਾ ਰੋਂਦਾ ਸਿਸਕੀਆਂ ਨਾਲ, ਉਹਦੇ ਰੋਵਣ ਦਾ ਪਤਾ ਅੱਖੀ ਤੋਂ ਲੱਗਦਾ, ਉਹਦਾ ਆਵਾਜ਼ ਨਹੀਂ ਨਿਕਲਦਾ। ਅਗਰ ਵਤਨ ਵਾਲਿਆ ਹਾਏ ਚੱਕਰੇ ਤੇ ਉੱਚਾ ਉਹ ਰੋਂਦਾ ਹੈ ਜਿਹਦਾ ਕੋਈ ਵਾਰਸ ਹੋਵੇ। ਭਾਈ ਕਿਹੜੀ ਸੋਹਣੀ ਹਾਏ ਕੀਤੀ, ਉਹਦੇ ਜ਼ਿਹਨ 'ਚ ਹੁੰਦਾ ਮੈਂ ਰੋਸਾਂ, ਮੇਰਾ ਵਿਰਾਸ ਸੁਣ। ਵਾਹ ਭਾਈ ਵਾਹ, ਮੇਰੀ ਮਾਂ ਸੁਣ ਲਈ ਸੀ, ਮੇਰਾ ਪਿਓ ਸੁਣ ਲਏ ਸੀ, ਮਾਰਨ ਵਾਲੇ ਤੋਂ ਪੁੱਛਤੀ ਜੋ ਇਹਨ ਕਿਉਂ ਮਾਰੇ। ਸਿਸਕੀਆਂ ਨਾਲ ਉਹ ਰੋਂਦਾ ਹੈ ਜਿਹਦਾ ਕੋਈ ਨਾ ਹੋਵੇ। ਜ਼ਿੰਦਾਨ ਸ਼ਾਮ 'ਚ ਹੁਸੈਨ ਦੀ ਧੀ ਸਿਸਕੀਆਂ ਨਾਲ ਰੋਂਦੀ ਆਈ, ਰੋਵਣ ਦਾ ਪਤਾ ਕਿਵੇਂ ਲੱਗਦਾ ਈ, ਰੋਂਦੀ ਆਈ ਤੇ ਸ਼ਾਮ ਹੱਲ ਵੈਂਦੀ ਆਈ। ਅਲੀ ਦੀ ਅਲੀ ਦੀ ਆਖਿਆ ਸਕੀਨਾ, ਰੋਂਦੀ ਜੋ ਹੈ ਤੇ ਮੁੜ ਉੱਚਾ ਚਰੂਨੀ ਕਰ, ਨੂਰ ਕਬਰ ਤਾਈ ਰੋਵਣ ਦਾ ਸਮਾਨ ਹੈ। ਜਦਾਂ ਮਾਂ ਆਖਿਆ ਨਾ ਉੱਚਾ ਚਰੂਨੀ ਕਰ ਤੇ ਮਾਂ ਦੇ ਪਾਸੇ ਵੇਖਿਆ ਦੀ ਕਈ ਸੁਣਾਵਾਂ, ਇੱਕ ਬੱਚਿਆ ਹੈ ਉਹ ਬਿਮਾਰ ਹੈ। ਅਸ਼ਾਲਾ ਭੱਲਾ ਹੋਈ, ਅਸ਼ਾਲਾ ਭੱਲਾ ਹੋਈ, ਇਸ਼ਾਲਾ ਭੱਲਾ ਹੋਈ। ਬਾਈ ਕਿਆ ਬਾਤ ਹੈ, ਬਾਈ ਕਿਆ ਬਾਤ ਹੈ, ਐਡੀ ਸੋਹਣੀ ਤੂੰ ਹਾਏ ਕੀਤੀ। ਮੈਂ ਮੰਜ਼ਲ ਤਮਾਮ ਕਰਾਂ, ਮੈਂ ਕਰੀਬ ਆਵਾਂ, ਸ਼ਹਾਦਤ ਪੜ੍ਹਨੀ ਨਹੀਂ, ਮੈਂ ਸ਼ਹਾਦਤ ਤੂੰ ਪਹਿਲੇ ਹੀ ਉਹ ਦੁੱਖ 'ਚ ਪੜਸਾਂ, ਮਿੰਬਰ ਹਵਾਲੇ 'ਚ ਕਰਸਾਂ। ਵਸਦਾ ਵੇਲਾ ਮਦੀਨਾ ਮੁਹੰਮਦ ਦਾ,
ਆਪਣੀ ਹਵੇਲੀ ਪਿਓ ਦੱਸੀ ਨਾ ਤੇ ਦੀ ਸੰਭ ਪਈ ਮੁੜਾ ਖਾਂ ਜੀ ਨਹਾਏ ਨੇ ਕੀਤੀ ਆਪਣਾ ਮਦੀਨਾ ਆਪਣੀ ਹਵੇਲੀ ਵਸਦਾ ਵੇਲਾ ਪਿਓ ਦੱਸੀ ਨਾ ਦੀ ਸਮ ਗਈ ਇੰਜ ਪਿਓ ਦੇ ਗੱਲ ਬਾਈ ਪਾ ਕੇ ਦੀ ਨਾ ਪਿਓ ਦੀ ਪਹਿਚਾਨੀ ਤੇ ਬੋਸਾ ਦੇ ਕੇ ਆਦੀਏ ਅੱਜ ਮੈਨੂੰ ਦੱਸੇ ਨਾ ਮੈਂ ਤੈਨੂੰ ਕਿਤਨਾ ਪਿਆਰੀ ਹਾਂ ਮੇਰਾ ਘਰ ਹੈ ਮੇਰਾ ਵਤਨ ਹੈ ਅਗਰ ਆਏ ਚੱਕਰੇ ਤੇ ਮੈਂ ਤੈਨੂੰ ਦੁਆ ਕੀਤੀ ਜਾਵਾਂ ਅੱਜ ਦੱਸ ਮੈਂ ਤੈਨੂੰ ਕਿਤਨਾ ਪਿਆਰੀ ਹਾਂ ਉੱਚਾ ਰੋ ਕੇ ਸ਼ਬੀਰ ਆਦੇ ਅੱਲਾਹ ਦੀ ਕਹਿਨਾਤ ਵਿੱਚ ਮੈਂ ਢੇਰ ਪਿਆਰਾ ਅਕਬਰ ਹੈ ਮੈਂ ਅਕਬਰ ਦੇ ਹੁਸਨ ਦੀ ਕਸਮ ਹੈ ਤੂੰ ਮੈਨੂੰ ਪੁੱਤਰ ਨਾਲੋਂ ਢੇਰ ਪਿਆਰੀ ਇਨਸ਼ਾਅੱਲਾ ਭਲਾ ਹੋਈ ਇਨਸ਼ਾਅੱਲਾ ਭਲਾ ਹੋਈ ਇਨਸ਼ਾਅੱਲਾ ਭਲਾ ਹੋਈ ਦੂਜਾ ਸਵਾਲ ਵੀ ਕੀਤਾ ਬਾਬਾ ਦੀਆਂ ਹੋਰ ਵੀ ਨਹੀਂ ਜਦਾ ਗਾਰਾ ਨੇ ਜ਼ਬਾਨ ਤੇ ਹਿੱਕਾ ਲਫਲ ਹੁੰਦਾ ਹੀ ਕਿਤੇ ਗਈ ਹੈ ਸਕੀਨਾ ਆਏ ਆਏ ਦੀ ਦਾ ਪਿਓ ਜਿਵੇਂ ਕਿਤੇ ਗਈ ਹੈ ਸਕੀਨਾ ਬਾਬਾ ਹੋਰ ਦੀਨ ਬੁਲੈਂਦਾ ਨੇ ਮੈਂ ਆਨੀ ਹਾਂ ਮਹੀਨਾ ਦਿਓ ਸੀਨੇ ਤੇ ਸਮ ਰਾਜ਼ ਕੀ ਹੈ ਪਿਓ ਦੀਨ ਪਿਆਦੇ ਮੈਂ ਜਿਤਣਾ ਥੱਕ ਕੇ ਆਵਾਂ ਜਿਤਣਾ ਥੱਕ ਕੇ ਆਵਾਂ ਜਦਾ ਤੂੰ ਮੇਰੇ ਸੀਨੇ ਤੇ ਸਮਦੀ ਹੈ ਨਾ ਮੇਰੀ ਥਕਾਵਟ ਲੈ ਵੈਂਦੀ ਹੈ ਮੁਨੀਰ ਮੁੱਕ ਗਈਆਂ ਮੇਰੇ ਵੰਡੇ ਦੀਆਂ ਮਜਲਸਾਂ ਸੱਤਰ ਤੇ ਅੱਲਾ ਦੇ ਮੁਲਕ ਤੇ ਜਦਾ ਪਿਓ ਆਖਿਆ ਨਾ ਤੂੰ ਸਮਦੀ ਹੈ ਮੇਰੀ ਥਕਾਵਟ ਲੈ ਵੈਂਦੀ ਹੈ ਪਿਓ ਤੇ ਗੱਲ ਬਾਈ ਪਾ ਕੇ ਆਦੀ ਹੈ ਮੋੜਾ ਧੀ ਨਾਲ ਫੈਸਲਾ ਕਰ ਵਸਦੇ ਵੇਲੇ ਮੈਂ ਸੁੱਤੀ ਹਾਂ ਤੇਰੀ ਥਕਾਵਟ ਲੈ ਗਈ ਹੈ ਜੇ ਕੱਲ੍ਹ ਸ਼ਾਮ ਮੈਂ ਥੱਕ ਪਵਾਂ ਨਿਕਲ ਗਈ ਹੈ ਤੇਰੀ ਹਾਏ ਨਿਕਲ ਗਈ ਹੈ ਤੇਰੀ ਵਾਹ ਭਾਈ ਵਾਹ ਕੱਲ ਸ਼ਾਮ ਜੇ ਮੈਂ ਥੱਕ ਪਵਾਂ ਮੇਰੇ ਨਾਲ ਵਾਧਾ ਕਰ ਮੇਰੇ ਸੀਨੇ ਤੇ ਸਮਸੇ ਪਿਓ ਆਦੇ ਸਮਸਾਂ ਪਿਓ ਤੇ ਤੇਰਾਂ ਜ਼ਰਬਾਂ ਚੱਲੀਆਂ ਦੀ ਦੇ ਹੱਥ ਵੱਜ ਗਏ ਬੇਪਲਾਣੇ ਉੱਠ ਤੇ ਚੜ ਗਈਆਂ ਅਲੀ ਦੀਆਂ ਨੂੰਹਾਂ ਤੇ ਧੀਆਂ ਸ਼ਾਮ ਦਾ ਸਦਰ ਬਲਾਰ ਆਇਆ ਮੇਰੀਆਂ ਮਾਵਾਂ ਭੈਣਾਂ ਬਦਮਾਸ਼ਾਂ ਦਾ ਰਸ਼ ਵਧਿਆ ਅੱਧਾ ਅੱਧਾ ਮਿੰਟ ਵੇਖੋ ਜੀ ਮੈਂ ਵਹਿਣ ਕਰਕੇ ਮਿੰਬਰ ਹਵਾਲੇ ਕਰੂੰ ਇੰਜ ਹੱਥ ਵੱਧੇ ਹੋਇਆ ਹੁਸੈਨ ਦੀ ਯਾਰ ਜਿਹੜੇ 9 ਵਜੇ ਰੂਨੇ ਮੈਂ ਇੱਕ ਗੱਲ ਹੋਰ ਕਰਨਾ ਮੈਂ ਫਿਤਰੀ ਇੱਕ ਗੱਲ ਕਰਦਾ ਹੋ ਸਕਦਾ ਤੁਹਾਡੇ ਮੂੰਹ ਚੋਂ ਹਾਏ ਨਿਕਲ ਜਾਵੇ ਕਿਸੇ ਗਰੀਬ ਨੂੰ ਕੋਈ ਅਮੀਰ ਤੋਂ ਅਮੀਰ ਮਾਰੇ ਮਾਰਨ ਵਾਲਾ ਭਾਵੇਂ ਅਮੀਰ ਹੋਵੇ ਮਰੀਵਣ ਵਾਲਾ ਗਰੀਬ ਹੋਵੇ ਬਾਬਾ ਜੀ ਉਹ ਆਪਣੇ ਆਪ ਨੂੰ ਬਚੈਂਦਾ ਤੇ ਹੈ ਨਾ ਤੇ ਬਚੈਂਦਾ ਕਿਵੇਂ ਤੇ ਜਿਹਦੇ ਹੱਥ ਬੱਧੇ ਹੋਵੇ ਹੁਣ ਤੇ ਆਏ ਕਰ ਲੈ ਹੁਣ ਤੇ ਆਏ ਕਰ ਲੈ ਤੇ ਮੁੜ ਮਾਰਨ ਵਾਲਾ ਪਿਓ ਦਾ ਕਾਤਲ ਹੋਵੇ ਇੰਜ ਹੱਥ ਬੱਧੇ ਹੋਏ ਇੰਜ ਹੱਥ ਬੱਧੇ ਹੋਏ ਕਿਸ ਵੇਲੇ ਰਸ਼ ਲੋ ਤੇ ਕਿਸ ਵੇਲੇ ਬਿਰਾ ਲੂੰ ਕਿਸ ਵੇਲੇ ਰਸ਼ ਲੋ ਕਿਸ ਵੇਲੇ ਬਿਰਾ ਸਜਾਦ ਲੂੰ ਤੇ ਸਜਾਦ ਦੇ ਸਕੀਨਾ ਰੋਂਦੀ ਕਿਉਂ ਹੈ ਉਹ ਮੇਰੇ ਸਾਹ ਮੁੱਕ ਵੈਂਦੇ ਰਾਮ ਦੇਣ ਵਾਲਿਆ ਮੈਂ ਸਤਰ ਨਾ ਪੜਾਂ ਬਿਰਾ ਦੇ ਪਾਸੇ ਵੇਖ ਕੇ ਆਦੀ ਇਹ ਸੁਚੇਂਦੀ ਪਈਆਂ ਜਿਤਨਾ ਰਸ਼ ਵੱਧ ਗਿਆ ਹੈ ਮੈਂ ਤਾਂ ਮਰ ਗਈ ਤੇ ਤੂੰ ਚਾਹ ਲਈ ਸੈਂ ਜੇ ਤੂੰ ਮਰ ਗਿਆ ਹੁਣ ਤੂੰ ਆਏ ਕੀਤੀ ਹੈ ਜਿਵੇਂ ਮੈਂ ਵਾਹ ਭਾਈ ਵਾਹ ਵਾਹ ਭਾਈ ਵਾਹ ਬੱਲਾ ਹੋਈ ਮੈਂ ਮਰ ਗਈ ਤੂੰ ਚਾਹ ਲਈ ਸੈਂ ਜੇ ਤੂੰ ਮਰ ਗਿਓ ਤੈਨੂੰ ਚਾਹਣ ਵਾਲਾ ਕੋਈ ਨਹੀਂ ਇੱਕ 70 ਮਲਾਂ ਇਹਦੇ ਬਾਅਦ ਹੀ ਮੈਂ ਵਹਿਣ ਕਰੂੰਗਾ 14-15 ਸਾਲਾਂ ਦਾ ਬਿਰਾ ਬਾਬਾ ਜੀ 25-26 ਸਾਲ ਦੀ ਬਹਿਣ ਨਾਲ ਬਾਜ਼ਾਰ ਜਾਵੇ ਬਿਰਾ ਛੋਟਾ ਹੋਵੇ ਬਹਿਣ ਵੱਡੀ ਹੋਵੇ ਜਦਾਂ ਰਸ਼ ਵਧੇ ਨਾ ਬਾਜ਼ਾਰ ਵਿੱਚ ਨਿੱਕਾ ਬਿਰਾ ਵੀ ਵੱਡੀ ਬਹਿਣ ਨੂੰ ਆਦਾ ਨਾ ਘਬਰਾਵੀ ਮੈਂ ਤੇਰੇ ਨਾਲ ਹਾਂ ਤੇਰਾ ਲੋਹੇ ਤਾਂ ਜੀ ਕਰੇ ਜੇ ਤੂੰ ਆਏ ਨਾ ਕਰੇ ਮੈਂ ਤੂੰ ਦੱਸ ਸ਼ਾਮ ਦੇ ਸਦਰ ਬਾਜ਼ਾਰ ਵਿੱਚ ਕੰਮ ਕਿਹੜਾ ਹੋਇਆ 4 ਸਾਲ ਦੀ ਬਹਿਣ ਬਿਰਾਨ ਪਈ ਆਦੀ ਆਈ ਨਾ ਘਬਰਾਵੀ ਮੈਂ ਤੇਰੇ ਨਾਲ ਹਾਂ
ਓ ਮਾਸੂਮਾ ਬਾਜ਼ਾਰਾਂ ਚ ਰੁੱਲ ਰੁੱਲ ਕੇ ਮਰ ਗਈ, ਮਾਸੂਮਾ ਬਾਜ਼ਾਰਾਂ ਚ ਰੁੱਲ ਰੁੱਲ ਕੇ ਮਰ ਗਈ, ਤੇ ਬਾਬੇ ਦਸੀ ਨਾ ਗੁਲੇ ਨੀ ਰਹੀ ਏ ਮਾਸੂਮਾ। ਵਾਹ ਹੁਸੈਨ ਵਾਹ ਹੁਸੈਨ, ਚੱਲ ਭਲੋਈ ਮਾਸੂਮਾ ਬਾਜ਼ਾਰਾਂ ਚ ਰੁੱਲ ਰੁੱਲ ਕੇ ਮਰ ਗਈ, ਮਾਸੂਮਾ ਬਾਜ਼ਾਰਾਂ ਚ ਰੁੱਲ ਰੁੱਲ ਕੇ ਮਰ ਗਈ, ਤੇ ਬਾਬੇ ਦਸੀ ਨਾ ਗੁਲੇ ਨੀ ਰਹੀ ਏ ਮੇਰੇ ਜੋੜ ਟੁੱਟ ਗਏ ਕਿਸੇ ਨਹੀਂ ਛੁੜਾਇਆ, ਮੇਰੇ ਜੋੜ ਟੁੱਟ ਗਏ। ਵਾਹ ਜੀ ਜੀ ਖੜ 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 ਫੁੱਫੀ ਨਾ ਥੀ ਪਈਏ, ਮੇਰੇ ਜੋੜ ਟੁੱਟ ਗਏ ਕਿਸੇ ਨਹੀਂ ਛੁੜਾਇਆ, ਮੇਰੇ ਜੋੜ ਟੁੱਟ ਗਏ ਕਿਸੇ ਨਹੀਂ ਛੁੜਾਇਆ, ਤੇ ਫੁੱਫੀਆਂ ਨੂੰ ਦੁਖੀੜੇ ਸੁਣੈਂਦੀ। ਮੈਂ ਸ਼ਬੀਰ ਦਾ ਜ਼ਾਕਿਰਾ, ਤੁਸੀਂ ਬਾਦਸ਼ਾਹ ਦੇ ਆਜ਼ਾਦਾਰ ਹੋ, ਰਾਮ ਦੇਣ ਵਾਲਿਆ ਮੈਂ ਦੱਸ ਜਾ, ਹੁਸੈਨ ਦੀ ਧੀ ਦੀ ਉਮਰ ਕਿਤਨੀ ਆਈ? ਸਾਰੇ ਬੋਲੋ ਕਿਤਨੀ ਆਈ, ਸਾਰੇ ਬੋਲੋ ਕਿਤਨੀ ਆਈ? 4 ਸਾਲ ਉਮਰ ਆਈ। ਕੁਰਾਨ ਲਿਆ ਮੈਂ ਹੱਥ ਰੱਖ ਦੇਨਾ, ਜ਼ਾਰਾ ਦੀਵਾਨ ਨੂੰ ਸਤਾਈ ਗਈ ਏ, ਸੰਗ ਘੋੜਿਆਂ ਦੇ ਭਜਾਈ ਗਈ ਏ। ਵਾਹ ਹੁਸੈਨ ਵਾਹ ਹੁਸੈਨ ਵਾਹ ਹੁਸੈਨ ਜੀ, ਮੈਂ ਨੌਕਰ ਜੋ ਹਾਂ, ਮੈਂ ਨੌਕਰ ਜੋ ਹਾਂ, ਮੈਨੂੰ ਮਿੰਬਰ ਦੀ ਕਸਮ ਏ, ਜ਼ਾਰਾ ਦੀਵਾਨ ਨੂੰ ਸਤਾਈ ਗਈ ਏ, ਸੰਗ ਘੋੜਿਆਂ ਦੇ ਭਜਾਈ ਗਈ ਏ। ਭਾਵੇਂ ਜੋ ਜ਼ਖਮੀ ਬੜੀ ਆਈ ਸਕੀਨਾ, ਭਾਵੇਂ ਜੋ ਜ਼ਖਮੀ ਬੜੀ ਆਈ ਸਕੀਨਾ, ਜ਼ਖਮ ਆਪਣੇ ਸਾਰੇ ਛੁਪੈਨੀ ਰਹੀ। ਚੱਲ ਭਲੋ ਇੱਕ ਵਾਰ, ਅੱਛਾ ਜੀ ਅੱਛਾ ਜੀ, ਮੈਂ ਜੋ ਨੌਕਰ ਹਾਂ, ਮੈਂ ਮਿੰਬਰ ਦੀ ਕਸਮ ਏ, ਜ਼ਾਰਾ ਦੀਵਾਨ ਨੂੰ ਸਤਾਈ ਗਈ ਏ, ਸੰਗ ਘੋੜਿਆਂ ਦੇ ਭਜਾਈ ਗਈ ਏ। ਭਾਵੇਂ ਜੋ ਲਖਮੀ ਬੜੀ ਆਈ ਸਕੀਨਾ, ਭਾਵੇਂ ਜੋ ਲਖਮੀ ਬੜੀ ਆਈ ਸਕੀਨਾ, ਜ਼ਖਮ ਆਪਣੇ ਸਾਰੇ ਛੁਪੈਨੀ ਰਹੀ। ਜ਼ਿਲ੍ਹੇ ਹਸਨੈਨ 14-15 ਦੇ ਪਹਿਲੇ ਮੇਰੀ ਬਤਰੀ ਦੁਨੀਆ ਤੋਂ ਟੁਰੀ ਏ। ਕਬਰ ਬਣਾਵਣ ਵਾਲਿਆ ਪੁੱਛਿਆ ਕਬਰ ਕਿੱਥੇ ਬਣਾਵਣੀ ਏ, ਮੈਂ ਆਖਿਆ ਪੁੱਛ ਲਵਿਆ ਜਿੱਥੇ ਆਪਣਿਆਂ ਦੀਆਂ ਹੋਵੇਣ, ਉੱਥੇ ਨਾਲ ਬਣਾ ਛੁੜਾਏ। ਕੋਈ ਐਡੀ ਗਰੀਬ ਹੁਸੈਨ ਦੀ ਧੀ ਆਈ, ਕਫਨ ਦੇ ਬੰਦ ਟੁੱਟ ਗਏ ਤੇ ਬਿਰਾ ਨਾ ਦੀ ਪਈਏ, ਮੇਰੀ ਵੀਰਿਆ ਬਦਨ ਤੁਰਬਤ ਬਣਾਵੇ, ਮੈਨੂੰ ਮੇਰੀ ਦਾਦੀ ਦੇਵਾਂਗੂ ਛੁਪਾਵੇ, ਮੇਰੀ ਵੀ। ਵਾਹ ਹੁਸੈਨ ਵਾਹ ਹੁਸੈਨ, ਮੈਨੂੰ ਮੇਰੀ ਦਾਦੀ ਦਵਾਂਗੂ ਛੁਪਾਵੇ। ਮਨਾਨੇ ਦੀ ਉਮਤ ਤੋਂ ਬਹੁ ਡਰ ਗਈ ਆ। ਖੜ ਭਾਈ ਵਹਿਣ ਕਰ ਲੈ ਵਹਿਣ ਕੀ, ਤੇ ਮੈਂ ਜੋ ਨੌਕਰਾਂ ਮੈਂ ਜੋ ਨੌਕਰਾਂ, ਪੀਰਾ ਬਹਿਣ ਨੂੰ ਚਾਹੇ ਬਹਿਣ ਦੇ ਕੱਫਾਂ ਦੇ ਬੰਦ ਟੁੱਟ ਗਏ, ਉੱਚਾ ਰੋ ਕਿਆ ਦੀਏ, ਮੇਰੀ ਵੀਰਿਆ ਬਦਨ ਤੁਰਬਤ ਬਣਾਵੇ, ਮੈਨੂੰ ਮੇਰੀ ਦਾਦੀ ਦਵਾਂਗੂ ਛੁਪਾਵੇ। ਮਨਾਨੇ ਦੀ ਉਮਤ ਤੋਂ ਬਹੁ ਡਰ ਗਈ ਆ। ਸਿਕੰਦਰ ਪੁੱਤਰਾਂ ਦੀ ਜ਼ਿੰਦਗੀ ਹੋਈ ਆ, ਪੀਰਾਵਾਂ ਨਾਲ ਬਾਦ ਰਵੇ ਮੈਂ ਕੁਮਾਰ ਵਧਣਾ ਆ, ਸ਼ਬੀਰ ਦੀ ਧੀ ਆਈ ਵੀਰਾ ਨਾ ਦੀ ਪਈਏ, ਮੇਰੀ ਵੀਰਿਆ ਬਦਨ ਤੁਰਬਤ ਬਣਾਵੇ, ਮੈਨੂੰ ਮੇਰੀ ਦਾਦੀ ਦਵਾਂਗੂ ਛੁਪਾਵੇ। ਮਨਾਨੇ ਦੀ ਉਮਤ ਤੋਂ ਬਹੁ ਡਰ ਗਈ ਆ, ਮਨਾਨੇ
ਮਤ ਨਕੀਸ਼ਾ ਤੂੰ ਸੈਯਦ ਹੈ ਮੇਰਾ ਬਿਰਾ ਹੈ ਮੈਨੂੰ ਇਜਾਜ਼ਤ ਦੇ ਮੈਂ ਸਤਰ ਪੜ੍ਹ ਛੋੜਾ ਰਵਾਇਤ ਪੜ੍ਹ ਛੋੜਾ ਅਗਰ ਤੇਰੀ ਇਜਾਜ਼ਤ ਹੈ ਮੁੜ ਹੱਥ ਮਾਤਮੀ ਦਾ ਹੈ ਤੇ ਸਰ ਦਾ ਪੁਰਸਾ ਪੜ੍ਹਨਾ ਹੈ ਨੂਰ ਯਾਤ ਬਿਰਾ ਬਹਿਣ ਚ ਜਾਂਦਾ ਹੈ ਸ਼ਾਮ ਦੀ ਇੱਕ ਔਰਤ ਹੈ ਜਿਹੜੀ ਮਕਾਮ ਦੀ ਛੱਤ ਆਈ ਜਿਹਦੇ ਹੱਥ ਚ ਵਜ਼ਨੀ ਪੱਥਰ ਹੈ ਤੇਰੀ ਆਏ ਨਹੀਂ ਨਿਕਲੀ ਤੇਰੀ ਆਏ ਨਹੀਂ ਨਿਕਲੀ ਇਹ ਸਕੀਨਾ ਤੇ ਪੱਥਰ ਸੱਟੇ ਵਕਤ ਇਮਾਮ ਪਿਆ ਤੇ ਮੈਂ ਨਹੀਂ ਆਦਮ ਤੂੰ ਜਨਾਜ਼ਾ ਚਵਾਓ ਨਹੀਂ ਦੇ ਜਨਾਜ਼ੇ ਤੇ ਪੱਥਰ ਵਸਾਓ ਮੈਂ ਨਹੀਂ ਯਾ ਹੁਸੈਨ ਯਾ ਹੁਸੈਨ ਜੀ ਕਰਾ ਗਰੀਬ ਬਿਰਾ ਮਿੱਟੀ ਤੇ ਬਹਿ ਕਿਆ ਤੈ ਮੈਂ ਨਹੀਂ ਆਦਮ ਤੂੰ ਜਨਾਜ਼ਾ ਚਵਾਓ ਨਹੀਂ ਦੇ ਜਨਾਜ਼ੇ ਖੜ ਖੜ ਕਰ ਜੀ ਕਰਾ ਆਖਾ ਇਸ ਕਮੀਨੀ ਔਰਤ ਪੱਥਰ ਸੱਟੇ ਵਕਤ ਇਮਾਮ ਆਦਾ ਮੈਂ ਨਹੀਂ ਆਦਮ ਤੂੰ ਜਨਾਜ਼ਾ ਚਵਾਓ ਨਹੀਂ ਦੇ ਜਨਾਜ਼ੇ ਪੱਥਰ ਵਸਾਓ ਇਹਨਾਂ ਨੇ ਦੀ ਉਮਤ ਤੋਂ ਬਹੁ ਡਰ ਗਈ ਏ ਇਹਨਾਂ ਨੇ ਦੀ ਉਮਤ ਤੋਂ ਬਹੁ ਡਰ ਗਈ ਏ ਪਹਿਲੇ ਵੀ ਪੱਥਰ ਜਲੇ